ਸਵੇਰੇ 10 ਹੋਣੀ ਕਹਿੰਦੇ ਲਾਉਂਦੇ ਨੇ ਗਰਾਊਂਡਾਂ ਦੇ ਵਿੱਚ ਰਨਿੰਗਾਂ, ਰਨਿੰਗਾਂ ਤੋਂ ਬਾਅਦ ਕਣਕ ਨੂੰ ਮਿਲ ਕੇ ਆਉਂਦੇ ਨੇਗੇ ਖੇਤ ਜਾ ਕੇ, ਕਣਕ ਛੇ ਛਬੀਲੀ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਪ੍ਰੋਗਰਾਮ ਨੰਬਰ 1 ਤੇ ਪਹੁੰਚਦੇ ਨੇ, ਪਾਠ ਦਾ ਭੋਗ ਹੁੰਦਾ ਉੱਥੇ, ਕਾਰਵਾਈਆਂ ਪਾਉਣ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਦੇ ਆ। ਫਿਰ ਪ੍ਰੋਗਰਾਮ ਨੰਬਰ 2 ਤੇ ਜਾਂਦੀਆਂ ਨੇ ਟੀਮਾਂ ਇਕੱਠੀਆਂ ਹੋ ਕੇ, ਉੱਥੇ ਜਾ ਕੇ ਪਕੌੜਿਆਂ ਦੀ ਉਹ ਰੇਲ ਬਣਾਉਂਦੀਆਂ ਨੇ। ਫਿਰ ਇਸ ਤੋਂ ਬਾਅਦ ਕਹਿੰਦੇ ਚੌਲਾਂ ਨਾਲ ਦਾਸ ਹੋਰਾਂ ਨੂੰ ਕਹਿੰਦੇ ਜਲੇਬੀਆਂ ਖਾਣੀਆਂ ਪੈ ਜਾਂਦੀਆਂ ਨੇ। ਫਿਰ ਕਿਉਂਕਿ ਇਸ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਧੱਕੇ ਨਾਲ ਬਹੁਤ ਖਾਣਾ ਖਾਇਆ ਜਾ ਰਿਹਾ ਦਾਸ ਹੋਰਾਂ ਵੱਲੋਂ, ਵੀ ਇੱਕ ਟਾਪਾ ਹੋ ਜਾ। ਆਪਾਂ ਸਾਰੇ ਸੂਤਰਾਂ ਨੂੰ ਕਹਿ ਦਿੰਦੇ ਵੀ ਚਲੋ ਚੱਲੀ ਅੱਖਾਂ ਜੀਆਂ ਬੰਦ ਕਰਕੇ। ਫਿਰ ਆਪਾਂ ਨੂੰ ਸਾਗਰ ਹੋਰਾਂ ਮਿਲਦੇ ਨੇ, ਇਹਨਾਂ ਨੇ ਕਾਰੇ ਕਰਾ ਰੱਖੇ ਨੇ। ਫਿਰ ਪ੍ਰੋਗਰਾਮ ਨੰਬਰ 3 ਤੇ ਪਹੁੰਚ ਜਾਂਦੇ ਆ, ਜਿੱਥੇ ਜਾ ਕੇ ਫਿਰ ਕਾਰਵਾਈਆਂ ਪਾਉਣੀਆਂ ਪੈਂਦੀਆਂ ਨੇ। ਅਤੇ ਰਸਤੇ ਦੇ ਵਿੱਚ ਆਉਂਦੇ ਹੋਏ ਗੁਰਮਨ ਹੋਰਾਂ ਟੱਕਰਦੇ ਨੇ, ਜੋ ਕਿ ਜੀਪ ਲਈ ਫਿਰਦੇ ਨੇ, ਪਤਾ ਨਹੀਂ ਕਿੱਧਰ ਚੱਕੀ ਫਿਰਦੇ ਨੇ। ਫਿਰ ਮੱਝਾਂ ਦੇ ਮਤਲਬ ਜਿਹੜੀ ਖਾਣ ਪੀਣ ਦਾ ਪ੍ਰੋਗਰਾਮ ਆ, ਉਹ ਵੀ ਬਹੁਤ ਜ਼ਰੂਰੀ ਹੈ। ਘਰ ਆ ਕੇ ਜੀਪ ਧਵਾ ਦਿੰਦੇ ਆ ਗੁਰਮਨ ਤੋਂ, ਸੰਘ ਦੇ ਮਾਰੇ 100 ਦਾ ਨੋਟ ਦੇ ਦਿੰਦੇ ਗੁਰਮਨ ਨੂੰ, ਆ ਚੱਕੋ।